ਬਾਬਾ ਬੁੱਢਾ ਜੀ ਨੇ ਮਾਲਾ ਲੈ ਆਂਦੀ, ਨਰੀਅਲ ਲੈ ਆਂਦਾ, ਪੰਜ ਪੈਸੇ ਲੈ ਆਂਦੇ, ਸਾਰੀ ਮਰਿਆਦਾ ਕੀਤੀ ਗਈ ਹੈ, ਜੋ ਵੀ ਹੈ ਤਿਲਕ ਲਾਇਆ ਗਿਆ, ਸਭ ਕੁਝ ਕੀਤਾ ਗਿਆ। ਤੇ ਐਵੇਂ ਹਰ ਗੱਲ ਵਿਚ ਬ੍ਰਾਹਮਣਵਾਦ ਨਾ ਲੱਭਿਆ ਕਰੋ। ਨਰੀਅਲ ਪਣ ਧੋਣੀ ਕਦੇ ਮਾਂ ਦੇ ਗਰਭ ਚੋਂ ਨਾਲ ਨਹੀਂ ਲੈ ਕੇ ਆਏ ਵੀ ਉਹਨਾਂ ਦਾ, ਇਹ ਧੂਫ ਦੀਵੇ ਬ੍ਰਾਹਮਣ ਨਾਲ ਨਹੀਂ ਲੈ ਕੇ ਆਏ। ਜੋ ਕੁਝ ਆਖਣਗੇ ਜੀ ਬ੍ਰਾਹਮਣਵਾਦ ਹੈ, ਧੂਫ ਜਗਾ ਦਿੱਤੀ ਬ੍ਰਾਹਮਣਵਾਦ ਹੈ, ਜੋਤ ਜਗਾ ਦਿੱਤੀ ਬ੍ਰਾਹਮਣਵਾਦ ਹੈ, ਨਰੀਅਲ ਲੈ ਆਂਦਾ ਬ੍ਰਾਹਮਣਵਾਦ ਹੈ। ਤੇ ਮੈਂ ਹੱਸਦਾ ਹੁੰਦਾ ਵੀ ਜੇ ਸੂਰਜ ਵੀ ਬ੍ਰਾਹਮਣਾਂ ਦਾ, ਚੰਦਰਮਾ ਵੀ ਬ੍ਰਾਹਮਣਾਂ ਦਾ, ਨਰੀਅਲ ਵੀ ਬ੍ਰਾਹਮਣਾਂ ਦਾ, ਤੇ ਸਭ ਕੁਝ ਹੀ ਬ੍ਰਾਹਮਣਾਂ ਦਾ, ਤੇ ਜੋ ਫਿਰ ਬ੍ਰਾਹਮਣ ਕਰਦੇ ਨੇ ਆਪਾਂ ਛੱਡ ਦਈਏ, ਉਹ ਨਾਸਾਂ ਥਾਣੀ ਸਾਹ ਲੈਂਦੇ ਨੇ, ਤੂੰ ਕੋਈ ਨਵਾਂ ਰਾਹ ਬਣਾ ਲਾ, ਸਭ ਕੁਝ ਦੇ ਉਹਨਾਂ ਵਰਤਿਆ ਹੋਇਆ ਅੱਗੇ, ਹੱਦ ਹੋਈ ਪਈ ਹੈ। ਜੇ ਬ੍ਰਾਹਮਣਾਂ ਦਾ ਹੀ ਸਭ ਕੁਝ ਹੈ ਤੇ ਇਹ ਸੋਲ ਸਾਹਿਬ ਬੈਠੇ ਨੇ, ਤਲਵਾਰ ਵੀ ਸਾਡੇ ਨੂੰ ਪਹਿਲਾਂ ਉਹਨਾਂ ਹੀ ਫੜੀ ਹੋਈ ਹੈ, ਛਤਰੀਆਂ ਕੋਲ ਹੀ ਰਹੀ ਹੈ, ਫਿਰ ਕੱਲ ਨੂੰ ਤਲਵਾਰ ਵੀ ਰੱਖ ਦੇਵਾਂਗੇ ਤੇ ਬ੍ਰਾਹਮਣਾਂ ਦੀ ਹੈ। ਆ ਮਾੜਾ ਜਿਹਾ ਤੁਸੀਂ ਕਿਤੇ ਉਹ ਗੁਰਜ ਫੜ ਲਓ, ਆਖਣਗੇ ਲੈ ਵਿਕ ਗਿਆ ਜੀ, ਹਨੂੰਮਾਨ ਕਾ ਬਣ ਗਿਆ ਜੀ, ਗੁਰਜ ਫੜ ਲਓ। ਅੱਛਾ ਗੁਰਜ ਹਨੂੰਮਾਨ ਹੋਣਾ ਤਾਂ ਕਿਤੇ ਕੋਈ ਰਜਿਸਟਰੀ ਹੋਈ ਹੈ ਵੀ ਉਹ ਹਨੂੰਮਾਨ ਹੀ ਵਰਤ ਸਕਦਾ, ਉਹ ਸ਼ਸਤਰ ਹੈ ਭਾਈ, ਜਿਵੇਂ ਫੜ ਲਿਆ ਜਿਹਦੇ ਕੰਮ ਆ ਗਿਆ ਬੱਲੇ ਬੱਲੇ ਆ, ਤਲਵਾਰ ਆ ਗਈ ਹੱਥ ਵਿੱਚ, ਤਰਸੂਲ ਆ ਗਿਆ, ਖੰਡਾ ਆ ਗਿਆ, ਇਹ ਸਮੇਂ ਦੀ ਲੋੜ ਹੈ, ਜੋ ਹੱਥ ਵਿੱਚ ਆ ਗਿਆ ਚਲਾਉਣਾ ਪੈਂਦਾ। ਜਿਨ੍ਹਾਂ ਨੂੰ ਬਹੁਤੀ ਤੰਗੀ ਹੈ ਨਾ ਧੂਫ ਤੋਂ, ਜਿਹੜਾ ਪਰਫਿਊਮ ਹੈ ਉਹ ਗੁਰੂ ਸਾਹਿਬ ਦੇ ਰੂਮ ਵਿੱਚ ਅਸੀਂ ਤਾਂ ਨਹੀਂ ਵਰਤਦੇ, ਉਹਦੇ ਵਿੱਚ ਅਲਕੋਹਲ ਪੈਂਦੀ ਹੈ, ਸ਼ਰਾਬ ਪੈਂਦੀ ਹੈ। ਧੂਫ ਤਾਂ ਲਾਈਦੀ ਹੈ, ਕੋਈ ਪਖੰਡ ਨਹੀਂ ਹੈ, ਸਤਿਗੁਰ ਜਾਗਦਾ ਹੈ ਦਿਓ। ਆ ਤੁਹਾਡੇ ਇਲਾਕੇ ਦੀ ਜ਼ਿਆਦਾ ਜ਼ੋਰ ਹੈ, ਕੋਈ ਸਰੋਵਰਾਂ ਨੂੰ ਪਾਣੀ ਦੱਸੀ ਜਾਂਦਾ, ਕੋਈ ਹਰਿਮੰਦਰ ਨੂੰ ਬਿਲਡਿੰਗਾਂ ਦੱਸੀ ਜਾਂਦਾ, ਕੋਈ ਧੂਫ ਨੂੰ ਚੁੱਕੀ ਫਿਰਦਾ, ਕੋਈ ਮਾਲਾ ਨੂੰ ਚੁੱਕੀ ਫਿਰਦਾ, ਕੋਈ ਸਾਧਾਂ ਦੀ ਨਿੰਦਾ, ਤੇ ਅਸੀਂ ਏਦਾਂ ਬੈਠੇ ਸੁਣੀ ਜਾਂਦੇ ਵੀ ਅੱਗੇ ਪਤਾ ਨਹੀਂ ਜਿੱਦਾਂ ਭਾਈ ਗੁਰਦਾਸ ਕਥਾ ਕਰ ਰਿਹਾ ਹੁੰਦਾ। ਤੁਹਾਡੇ ਵਿੱਚ ਬਹਿ ਕੇ ਤੁਹਾਡੇ ਨੋਟ ਲੈ ਕੇ ਗੁਰੂ ਦਾ ਦਿੱਤਾ ਖਾ ਕੇ ਗੁਰੂ ਦੀ ਦਾੜੀ ਨੂੰ ਹੱਥ ਪਾਈ ਬੈਠੇ ਨੇ, ਗੁਰੂ ਦੀ ਤਾਕਤ ਨੂੰ ਘਟਾਇਆ ਜਾ ਰਿਹਾ, ਤੇ ਅਸੀਂ ਬੈਠੇ ਦੀ ਸੱਚ ਦੇ ਪ੍ਰਚਾਰਕ ਆ ਗਏ ਆ। ਇਹ ਸੱਚ ਨਹੀਂ ਹੈ, ਇਹ ਆਪ ਹੀ ਸਿੱਖੀ ਦੇ ਬੇੜੇ ਦੇ ਛੇਕ ਕਰ ਰਹੇ ਨੇ, ਆਪ ਡੁੱਬਣਾ ਹੈ ਨਾਲ ਤੁਹਾਨੂੰ ਡੋਬਣਗੇ। ਇਹ ਜਾਗਰੂਕ ਨਹੀਂ ਹੈ, ਇਹ ਸੁੱਤੇ ਸਨ ਔਰ ਤੁਹਾਨੂੰ ਸਵਾ ਰਹੇ ਨੇ। ਧੂਫ ਤਾਂ ਲਾਈਦੀ ਹੈ ਵੀ ਹੁਣ ਅਸੀਂ ਜਿਹੜੇ ਕਮਰੇ ਵਿੱਚ ਰਹਿੰਦੇ ਹਾਂ ਕੀ ਉੱਥੇ ਰੂੜੀ ਖਿਲਾਰਨੀ ਹੈ, ਜਿੱਥੇ ਅਸੀਂ ਰਹਿਣਾ ਉੱਥੇ ਖੁਸ਼ਬੂਈਆਂ ਲਾਉਂਦੇ ਹਾਂ, ਕਿਉਂਕਿ ਕਮਰੇ ਜੋ ਮੁਸ਼ਕ ਨਾ ਆਵੇ, ਬੰਦਾ ਬੈਠ ਨਹੀਂ ਸਕਦਾ ਜਿਹੜੇ ਕਮਰੇ ਵਿੱਚ ਸਫਾਈ ਨਹੀਂ ਹੈ, ਤੇ ਜਿੱਥੇ ਸਫਾਈ ਨਹੀਂ ਉੱਥੇ ਪਸ਼ੂ ਤੇ ਰਹਿ ਸਕਦਾ ਬੰਦਾ ਨਹੀਂ। ਤੇ ਕੁੱਲ ਕਾਇਨਾਤ ਦੇ ਖਸਮ ਦਾ ਦਰਬਾਰ ਹੈ, ਅੱਖ ਉੱਚਾ ਥਾਕਾ ਦਰਬਾਰਾ, ਤੇ ਇੱਥੇ ਧੂਫ ਨਹੀਂ ਲਾਉਣੀ ਤੇ ਹੋਰ ਗੰਦ ਲਿਆ ਕੇ ਖਿਲਾਰੋਗੇ? ਪਰਫਿਊਮ ਅਸੀਂ ਪਾਉਣਾ ਨਹੀਂ, ਸੈਂਟ ਅਸੀਂ ਪਾਉਣਾ ਨਹੀਂ, ਕਿਉਂਕਿ ਉਹਦੇ ਵਿੱਚ ਅਲਕੋਹਲ ਪੈਂਦੀ ਹੈ। ਤੇ ਮੈਂ ਹੱਥ ਜੋੜਾਂ ਤੁਹਾਡੇ ਅੱਗੇ, ਜਿਹੜੇ ਰੁਮਾਲਿਆਂ ਤੇ ਸੈਂਟ ਛਿੜਕਦੇ ਫਿਰਦੇ ਨੇ ਇਹਦੇ ਚ ਅਲਕੋਹਲ ਹੁੰਦੀ ਹੈ, ਰੱਬ ਦਾ ਵਾਸਤਾ ਜੇ ਧੂਫਾਂ ਲਾਇਆ ਕਰੋ, ਇਹ ਇਹ ਸੈਂਟ ਨਾ ਪਾਇਆ ਕਰੋ, ਇਹ ਆਪਣੇ ਤੇ ਪਾ ਲਿਆ ਕਰੋ, ਕਿਉਂਕਿ ਥੋੜੀ ਜਿਹੀ ਅਲਕੋਹਲ ਤੁਸੀਂ ਅੰਦਰ ਵੀ ਪਾ ਲੈਂਦੇ ਆ, ਤੇ ਥੋੜੀ ਕੱਪੜਿਆਂ ਤੇ ਪੈ ਜੂ, ਆਪਣਾ ਤੇ ਕੁਝ ਜਾਂਦਾ ਨਹੀਂ ਹੈ। ਪਰ ਗੁਰੂ ਪਾਤਸ਼ਾਹ ਸਤਿਗੁਰ ਜਾਗਦਾ ਹੈ ਦਿਓ, ਜਿਉਂਦਾ ਜਾਗਦਾ ਦੇਵਤਾ ਜੇ ਦੁਨੀਆਂ ਤੇ ਹੈ ਤੇ ਉਹ ਰੂਹੇ ਜ਼ਮੀਨ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ, ਕਿਉਂ ਨਾ ਲਾਈਏ ਖੁਸ਼ਬੂਈਆਂ ਉਹਦੇ ਦਰ ਉੱਤੇ? ਕਿਸੇ ਨੂੰ ਕੀ ਤੰਗੀ ਹੈ? ਰਾਜੇ ਦੇ ਦਰਬਾਰ ਵਿੱਚ ਖੁਸ਼ਬੂਈਆਂ ਚਾਹੀਦੀਆਂ ਨੇ, ਕਹੋ ਹਰ ਸਮਾਨ ਨਹੀਂ ਰਾਜਾ ਤੇ, ਇਹਦੇ ਵਰਗਾ ਰਾਜਾ ਕੌਣ ਹੈ? ਐਡੇ ਉੱਚੇ ਤਖ਼ਤ ਤੇ ਬਹਿੰਦਾ ਸੀ, ਭੁੰਡੇ ਬਹਿੰਦੇ, ਇਹਦੇ ਵਰਗਾ ਰਾਜਾ ਕੌਣ ਹੈ? ਤੇ ਰਹੀ ਗੱਲ ਜੋਤ ਦੀ, ਜੋਤਾਂ ਜਗਾਉਣੀਆਂ ਨੇ, ਜਗਦੀਆਂ ਰਹਿਣੀਆਂ ਨੇ, ਜੋਤ ਜਗਾਉਣ ਤੋਂ ਭਾਵ ਇਹ ਨਹੀਂ ਵੀ ਹੁਣ ਲਾਈਟਾਂ ਆ ਗਈਆਂ ਤੇ ਜੋਤ ਹਨੇਰੇ ਕਰਕੇ ਜਗਾਈ ਜਾਂਦੀ ਸੀ, ਨਹੀਂ ਇਹ ਕਾਰਨ ਨਹੀਂ ਹੈ। ਜੋਤ ਇਸ ਲਈ ਜਗਾਈ ਜਾਂਦੀ ਸੀ ਵੀ ਗੁਰੂ ਦਾ ਅਰਥ ਕੀ ਹੁੰਦਾ ਹੈ? ਅਗਿਆਨ ਦੇ ਹਨੇਰੇ ਨੂੰ ਖਾ ਕੇ ਗਿਆਨ ਬਖਸ਼ਣ ਵਾਲਾ, ਭਾਵੇਂ ਤੂੰ ਕੌਡੇ ਰਾਕਸ਼ ਵਰਗਾ ਅਗਿਆਨੀ ਹੈ, ਸੱਜਣ ਠੱਗ ਵਰਗਾ ਤੂੰ ਅਗਿਆਨੀ ਹੈ, ਉਹ ਜਿਹੜੀ ਗੁਰੂ ਦੇ ਸੱਜੇ ਹੱਥ ਪਈ ਜੋਤ ਜਗਦੀ ਹੈ ਸਿੱਖਾ, ਜਿਸ ਦਿਨ ਤੂੰ ਗੁਰੂ ਦੇ ਦਰ ਤੇ ਆ ਗਿਆ ਤੇ ਏਦਾਂ ਤੇਰਾ ਹਿਰਦਾ ਪ੍ਰਕਾਸ਼ ਨਾਲ ਭਰੇਗਾ ਜਿਵੇਂ ਜੋਤ ਦੇ ਨਾਲ ਇਹ ਕਮਰਾ ਪ੍ਰਕਾਸ਼ ਨਾਲ ਭਰ ਗਿਆ ਹੈ, ਗਿਆਨੀ ਬਣ ਜਾਵੇਗਾ, ਅਗਿਆਨ ਮਿਟ ਜਾਵੇਗਾ। ਜੋਤ ਇੱਕ ਚਿੰਨ੍ਹ ਹੈ, ਪ੍ਰਤੀਕ ਹੈ ਵੀ ਇੱਥੇ ਪ੍ਰਕਾਸ਼ ਹੁੰਦਾ ਹੈ ਗਿਆਨ ਦਾ। ਇਹ ਬ੍ਰਾਹਮਣਾਂ ਨਾਲ ਦਾ ਕੋਈ ਮਤਲਬ ਨਹੀਂ ਹੈ, ਨਾਲੇ ਅਸੀਂ ਕੋਈ ਪੱਥਰਾਂ ਅੱਗੇ ਜੋਤਾਂ ਨਹੀਂ ਜਗਾ ਰਹੇ, ਕੋਈ ਪੱਥਰਾਂ ਅੱਗੇ ਧੂਫ ਨਹੀਂ ਲਾਉਂਦੇ, ਜੜ ਦੇ ਅੱਗੇ ਪੂਜਾ ਨਹੀਂ ਕਰ ਰਹੇ, ਅਸੀਂ ਜੋਤ ਕਿਹਦੇ ਅੱਗੇ ਜਗਾਈ ਹੈ?
ਅਸੀਂ ਧੂਫ ਕਿਹਦੇ ਅੱਗੇ ਲਾਈ ਹੈ, ਉਹ ਕੌਣ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵਡ ਅਵਰਨਾ, ਅਸੀਂ ਉਹਦੀ ਪੂਜਾ ਕਰਦੇ ਹਾਂ ਤੇ ਕਰਦੇ ਰਹਿਣਾ। ਖਾਲਸੇ ਨੇ ਇੱਥੇ ਕਈ ਆਏ ਤਰਕਵਾਦੀ, ਕਈ ਕਾਲਾ ਮੂੰਹ ਕਰਾ ਕੇ ਚਲੇ ਗਏ, ਪੁੱਛਦਾ ਹੈ ਕੋਈ ਅੰਤ ਕਾਰਨ? ਕਿਤੇ ਬਿੱਲਾ ਤੇ ਕਈ ਮਿੱਟੀ ਹੋ ਗਏ। ਇੱਥੇ 11 ਵਰਿਆਂ ਦਾ ਬਾਪੂ ਤਖ਼ਤ ਤੇ ਬੈਠਾ ਹੈ, ਕਰਾਮਾਤ ਵਿਖਾਉਣੀ ਹੈ, ਤਿਲਕ ਵੀ ਲੱਗਿਆ ਜੇ, ਨਰੀਅਲ ਵੀ ਆਇਆ ਜੇ, ਮਾਲਾ ਵੀ ਪਾਈ ਹੈ, ਤੇ ਸਹੇਲੀ ਉਹਨੂੰ ਟੋਪੀ ਨਾ ਕਹਿ ਦਿਆ ਕਰੋ। ਉਹ ਟੋਪੀ ਨਹੀਂ ਹੁੰਦੀ, ਇੱਕ ਮਖਮਲ ਦਾ ਕੱਪੜਾ ਹੁੰਦਾ, ਮਹਾਂਪੁਰਸ਼ ਵਲੇੜਦੇ ਨੇ ਸਿਰ ਤੇ, ਆਪਾਂ ਉਹ ਨਾ ਟੋਪੀ ਬਣਾ ਦੀ, ਇੱਕ ਫੋਟੋ ਬਣਾ ਦੀ ਗੁਰੂ ਨਾਨਕ ਦੀ ਅਗੇ। ਉਹ ਟੋਪੀ ਤੇ ਉਹਨੇ ਗਲੋਂ ਲਾਈ, ਸਾਡੇ ਉਹ ਸਿਰੋਂ ਲਾਈ ਹੈ, ਤੇ ਇਹਨਾਂ ਉਹਦੇ ਤੇ ਪਵਾ ਛੱਡੀ ਹੈ ਫੋਟੋ ਬਣਾਉਣ ਵਾਲਿਆਂ। ਮਹਾਰਾਜ ਕਹਿੰਦੇ ਬਾਬਾ ਜੀ ਇਹ ਜੋ ਕੁਝ ਵੀ ਤੁਸੀਂ ਮਰਿਆਦਾ ਕੀਤੀ ਹੈ ਇਹ ਸਾਰਾ ਕੁਝ ਲਓ ਤੇ ਤੋਸ਼ੇ ਖਾਨੇ ਵਿੱਚ ਰੱਖ ਦਿਓ। ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜੇ, ਜੀ ਠੀਕ ਹੈ, ਜੋ ਪਹਿਲਿਆਂ ਦੀ ਮਰਿਆਦਾ ਸੀ ਮੈਂ ਕਰ ਦਿੱਤੀ, ਮੈਂ ਰੱਖ ਦਿੰਦਾ। ਉਹ ਠੀਕ ਹੈ ਭਾਈ, ਕੋਈ ਬ੍ਰਹਮ ਗਿਆਨੀ ਹੈ ਪਰ ਗੁਰੂ ਦਾ ਹੁਕਮ ਤੇ ਨਹੀਂ ਨਾ ਟਾਲ ਸਕਦਾ, ਗੁਰੂ ਨਾਲੋਂ ਵੱਡਾ ਕੋਈ ਨਹੀਂ ਹੈ। ਸਤਿਬਚਨ ਮਹਾਰਾਜ ਕਿੱਥੇ ਬੁੱਢਾ ਬਾਪੂ ਬ੍ਰਹਮ ਗਿਆਨੀ ਕਿੱਥੇ, 11 ਸਾਲ ਦੇ ਬੱਚੇ ਸਰੀਰ ਕਰਕੇ। ਤੇ ਜਦੋਂ ਬਾਬਾ ਬੁੱਢਾ ਜੀ ਨੇ ਤਲਵਾਰ ਲਿਆਂਦੀ ਤੇ ਇੱਧਰ ਪਵਾ ਦੀ, ਪੁੱਠੇ ਬਣੇ ਸੱਜੇ ਬਣੇ, ਤੇ ਮੇਰੇ ਵਰਗੇ ਕਈ ਪ੍ਰਚਾਰਕ ਆਖਣਗੇ ਬਾਬਾ ਬੁੱਢਾ ਭੁੱਲ ਗਿਆ ਹੈ ਬ੍ਰਹਮ ਗਿਆਨੀ। ਤੇ ਬ੍ਰਹਮ ਗਿਆਨੀ ਨੂੰ ਬਾਣੀ ਨੇ ਆਖਿਆ ਉਹ ਤੇ ਪਰਮੇਸ਼ਰ ਸਰੂਪ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੱਬ ਦਾ ਰੂਪ ਹੈ। ਤੇ ਰੱਬ ਭੁੱਲ ਸਕਦਾ? ਬ੍ਰਹਮ ਗਿਆਨੀ ਭੁੱਲ ਸਕਦਾ? ਨਹੀਂ। ਤੁਹਾਨੂੰ ਕਰਾਮਾਤ ਵਿਖਾਉਣੀ ਸੀ ਵੀ ਇਹਨੂੰ 11 ਸਾਲਾਂ ਦਾ ਬੱਚਾ ਨਾ ਸਮਝ ਲਿਓ, ਜਾਣਦਾ ਸਭ ਕੁਝ ਹੈ, ਕਿਉਂਕਿ ਜਿਹੜੇ ਗੁਰੂ ਦਾ ਸੇਵਕ ਹੈ ਜੇ ਬਿਨ ਬੋਲਿਆ ਸਭ ਕੁਝ ਉਹ ਜਾਣਦਾ ਹੈ ਤੇ ਇਹ ਵੀ ਜਾਣਦਾ ਉਹਦਾ ਸੇਵਕ ਨੂੰ ਹੋਇਆ। ਤੇ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ ਜਦੋਂ ਵੇਖਿਆ ਵੀ ਤਲਵਾਰ ਇੱਧਰ ਪਾਈ, ਮਹਾਰਾਜ ਕਹਿੰਦੇ ਬਾਬਾ ਜੀ ਇਹਦੇ ਇੱਧਰ ਪਾਉਣੀ ਸੀ, ਇੱਧਰ ਪਾ ਦਿੱਤੀ। ਕਹਿੰਦਾ ਮਹਾਰਾਜ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਮੈਂ ਹੁਣੇ ਗਾਤਰੇ ਚੋਂ ਲਾਹ ਕੇ ਤੇ ਇੱਧਰ ਪਵਾ ਦਿੰਦਾ, ਖੱਬੇ ਬੰਨੇ ਪਵਾ ਦਿੰਦਾ। ਤੇ 11 ਵਰਿਆਂ ਦਾ ਭਾਰਾ ਗੁਰੂ ਖਿੜਖੜਾ ਕੇ ਹੱਸਿਆ, ਕਹਿੰਦਾ ਬਾਬਾ ਜੀ ਉਹ ਜਿਹੜੀ ਅੰਦਰ ਦੂਜੀ ਬਣਾ ਕੇ ਰੱਖੀ ਹੈ ਇਹਨੂੰ ਇੱਥੇ ਹੀ ਰਹਿਣ ਦਿਓ, ਅੰਦਰ ਵਾਲੀ ਕੱਢ ਲਿਆਓ ਤਲਵਾਰ। ਪਤਾ ਬਾਬੇ ਬੁੱਢੇ ਨੂੰ ਵੀ ਹੈ ਅੰਦਰ ਦੀ, ਉਹ ਵੀ ਜਾਣਦਾ ਹੈ ਵੀ ਅੱਜ ਤੱਕ ਸੂਰਮਿਆਂ ਇੱਕ ਹੀ ਪਾਈ ਹੈ, ਅੱਜ ਤੱਕ ਸੂਰਮੇ ਸ਼ਕਤੀ ਦਾ ਪ੍ਰਤੀਕ ਲੈ ਕੇ ਫਿਰਦੇ ਰਹੇ ਨੇ, ਇਹਨੇ ਭਗਤੀ ਤੇ ਸ਼ਕਤੀ ਕਮਰ ਕੱਸੇ ਬੰਨ ਲੈਣੀਆਂ ਨੇ। ਜਾਣਦਾ ਉਹ ਵੀ ਹੈ, ਉਹਨੇ ਪਹਿਲਾਂ ਹੀ ਦੋ ਬਣਾ ਕੇ ਰੱਖੀਆਂ, ਤੇ ਜਿਹੜੀ ਮੀਰੀ ਦੀ ਹੈ ਨਾ ਉਹ 2 ਇੰਚ ਛੋਟੀ ਰੱਖੀ ਗਈ, ਪੀਰੀ ਦੀ ਵੱਡੀ ਰੱਖੀ ਗਈ। ਤੇ ਕਾਰਨ ਇਹ ਬਣ ਗਿਆ ਵੀ ਭਗਤੀ ਜਿਹੜੀ ਹੈ ਸ਼ਕਤੀ ਦੇ ਉੱਤੇ ਬਵੇ ਤੇ ਗੱਲ ਠੀਕ ਹੈ, ਜੇ ਸ਼ਕਤੀ ਵੱਧ ਗਈ ਤੇ ਬੰਦਾ ਨਿਰਦਈ ਹੋ ਜਾਂਦਾ ਔਰੰਗਜ਼ੇਬ ਵਰਗਾ, ਜੇ ਭਗਤੀ ਵਧੀ ਹੈ ਤੇ ਰਾਜਾ ਰਣਜੀਤ ਸਿੰਘ ਵਾਂਗੂ ਧਰਮ ਦਾ ਰਾਜ ਕਰੇਗਾ, ਧੱਕਾ ਨਹੀਂ ਕਰੇਗਾ ਕਿਸੇ ਨਾਲ। ਭਗਤੀ ਦੀ ਤਲਵਾਰ ਵੱਡੀ ਰੱਖੀ, ਸ਼ਕਤੀ ਦੀ ਛੋਟੀ ਰੱਖੀ। ਔਰ ਧਿਆਨ ਦਿਓ, ਭਗਤੀ ਹਰਿਮੰਦਰ ਸਾਹਿਬ ਹੈ ਤੇ ਸ਼ਕਤੀ ਅਕਾਲ ਤਖ਼ਤ ਚਰਨਾਂ ਵਿੱਚ ਬਣਿਆ ਹੈ, ਚਰਨਾਂ ਵਾਲੇ ਪਾਸੇ। ਭਗਤੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦਾ ਰੁਤਬਾ ਹੈ। ਸ਼ਕਤੀ ਦਸਮ ਦੀ ਬਾਣੀ ਹੈ, ਇਹ ਸੁਮੇਲ ਚੱਲਦਾ ਰਿਹਾ ਹੈ। ਪਹਿਲੇ 5 ਪਾਤਸ਼ਾਹੀਆਂ, ਵੱਡੀਆਂ ਪਾਤਸ਼ਾਹੀਆਂ ਭਗਤੀ ਦਾ ਪ੍ਰਤੀਕ ਨੇ, 6ਵਾਂ 10ਵਾਂ ਬਾਪੂ ਬਾਅਦ ਵਿੱਚ ਸ਼ਕਤੀ ਦਾ ਪ੍ਰਤੀਕ ਨੇ। ਖੈਰ ਉਹਨਾਂ ਤੋਂ ਤੇ ਦੋਵੇਂ ਪੱਖ ਰਹੇ ਨੇ, ਪਰ ਸਾਡੇ ਲਈ ਦੋਵੇਂ ਜ਼ਰੂਰੀ ਰਹੇ ਨੇ। ਤੇ ਜੇ ਅਸੀਂ ਦਸਮ ਬਾਣੀ ਨੂੰ ਅਧੂਰਾ ਆਖਣਾ ਵੀ ਕੀ ਗੁਰੂ ਗ੍ਰੰਥ ਸਾਹਿਬ ਅਧੂਰੇ ਨੇ, ਦਸਮ ਦੀ ਲੋੜ ਪੈ ਗਈ ਜਾਂ ਦਸਮ ਤੇ ਅਧੂਰਾ ਹੈ, ਵੇਖੋ ਇੱਕ ਗੱਲ ਵੱਲ ਧਿਆਨ ਦਿਓ। ਹਰਿਮੰਦਰ ਸਾਹਿਬ ਅਧੂਰੇ ਨਹੀਂ ਸੀ, ਪਰ ਅਕਾਲ ਤਖ਼ਤ ਬਣਾਇਆ ਹੈ ਬਾਪੂ ਨੇ ਸ਼ਕਤੀ ਦਾ ਪ੍ਰਤੀਕ। ਤੇ ਫਿਰ ਕੱਲ ਨੂੰ ਤਰਕੇ ਮੈਂ ਵੀ ਚੁੱਕ ਸਕਦਾ ਵੀ ਗੁਰੂ ਨਾਨਕ ਸਾਹਿਬ ਅਧੂਰੇ ਸੀ, ਉਦੋਂ ਹੀ ਡਾਂਗ ਫੜਾ ਜਾਂਦੇ, ਦਸਵੇਂ ਬਾਪੂ ਨੇ ਇਹਨੂੰ ਤੀਰ ਤਲਵਾਰਾਂ ਫੜਾਈਆਂ, ਪਹਿਲਾਂ ਮਾਲਾ ਹੀ ਜਪਾਉਂਦੇ ਰਹੇ। ਨਹੀਂ, ਇਹ ਡਿਊਟੀਆਂ ਨੇ, ਅਕਾਲ ਪੁਰਖ ਦੇ ਦਰ ਤੋਂ ਲੱਗੀਆਂ ਨੇ। ਲਾਲੋ ਨੂੰ ਆਉਂਦਿਆਂ ਹੀ ਕਹਿ ਦਿੱਤਾ, ਲਾਲੋ ਜੋ ਕਹਿ ਰਿਹਾ ਹੈ, ਜੋ ਕਰ ਰਿਹਾ ਹੈ, ਇਹ ਖਸਮ ਕਰਵਾ ਰਿਹਾ ਹੈ, ਮੈਂ ਤੇ ਇੱਕ ਚੋਲਾ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਜੋ ਬਾਣੀ ਵਿੱਚ ਕਹਿ ਸੁਣਾ ਰਿਹਾ ਹਾਂ ਇਹ ਉਹਦਾ ਹੁਕਮ ਹੈ। ਜੇ ਉਹਨੇ ਹਰਿਮੰਦਰ ਦੇ ਨਾਲ ਅਕਾਲ ਤਖ਼ਤ ਸਾਜਣਾ ਤੇ ਇਹ ਉਹਦੀ ਖੇਡ ਹੈ, ਉਹ ਜਾਣਦਾ ਹੈ।
ਜੇ ਗੁਰੂ ਗ੍ਰੰਥ ਸਾਹਿਬ ਪ੍ਰੇਮ ਮਈ ਨੇ ਤੇ ਦਸਮ ਵੀਰ ਅਸੀਂ ਹੈ ਉਹ ਜਾਣਦਾ ਹੈ, ਜੇ ਗੁਰੂ ਨਾਨਕ ਪ੍ਰੇਮ ਰਸ ਵਿੱਚ ਨੇ ਤੇ ਛੇਵਾਂ ਬਾਪੂ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਮੀਰੀ ਤੇ ਪੀਰੀ ਪਾ ਕੇ ਬੈਠਾ ਹੈ ਤਲਵਾਰ ਲੈ ਕੇ ਤੇ ਇਹ ਉਹ ਜਾਣਦਾ ਹੈ। ਇਹ ਉਹਨੇ ਡਿਊਟੀਆਂ ਲਾਈਆਂ ਨੇ ਕਿਸੇ ਭਾਈ ਗੁਰਦਾਸ ਨੂੰ ਆਪਣੇ ਦਰਬਾਰ ਵਿੱਚ ਕਲਮ ਦੇ ਕੇ ਬਾਣੀ ਲਿਖਣ ਭਾਇਆ ਏ ਤੇ ਕਿਸੇ ਜੇਠੇ ਤੇ ਵਿਧੀ ਚੰਦ ਨੂੰ ਤਲਵਾਰ ਦੇ ਕੇ ਸਿਰ ਲਾਉਣ ਲਾਇਆ ਏ। ਇਹ ਉਹਨੇ ਆਪਣੇ ਹੁਕਮ ਅਨੁਸਾਰ ਸਭ ਕੁਝ ਚਲਾਉਣਾ ਹੈ।